ਰਿਆਸੀ ਜ਼ਿਲ੍ਹਾ ਜਿਹੜਾ ਜੰਮੂ ਪਾਰਲੀਮੈਂਟਲੀ ਕੰਸਟੀਚੁਐਂਸੀ ਦਾ ਹਿੱਸਾ ਹੈ, ਉੱਥੇ 26 ਅਪ੍ਰੈਲ ਦੀ ਵੋਟ ਪਾਉਣ, ਜਿਸ ਲਈ ਇਹ ਸਭ ਤਿਆਰੀਆਂ ਲਗਭਗ ਪੂਰੀਆਂ ਕਰ ਲਿੱਤੀਆਂ ਗਈਆਂ ਹਨ। ਤਿਆਰੀ ਬਾਰੇ ਚ ਅਸੀਂ ਹੋਰ ਮਤੀ ਜਾਣਕਾਰੀ ਦਿਆ ਕਰਦੇ ਹਾਂ ਰਿਆਸੀ ਦੇ ਜ਼ਿਲ੍ਹਾ ਚੋਣ ਅਧਿਕਾਰੀ ਵਿਸ਼ੇਸ਼ ਮਹਾਜਨ ਹੋਰ। ਵਿਸ਼ੇਸ਼ ਜੀ, ਤੁਹਾਡਾ ਸਵਾਗਤ ਹੈ ਆਲ ਇੰਡੀਆ ਰੇਡੀਓ ਪਰ। ਤੁਹਾਡੇ ਕੋਲੋਂ ਜਾਣਨਾ ਚਾਹੀਏ ਕਿ 26 ਅਪ੍ਰੈਲ ਜਿਹੜਾ ਹੈ ਉਸ ਦਿਨ ਮਹਾਂਪਰਵ ਬਣਾਉਂਦਾ ਡੈਮੋਕ੍ਰੇਸੀ ਦਾ, ਕਿਹੜੀਆਂ ਤਿਆਰੀਆਂ ਸਰ ਰਿਆਸੀ ਜ਼ਿਲ੍ਹੇ ਚ? ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਇੱਕ ਛੋਟਾ ਜਿਹਾ ਗੀਤ ਲਿਖਿਆ ਡੋਗਰੀ ਦਾ ਕਿ 26 ਅਪ੍ਰੈਲ ਮਹਾਂਪਰਵ ਮਨਾਉਣਾ ਹੈ, ਪੋਲਿੰਗ ਬੂਥ ਜ਼ਰੂਰ ਜਾਣਾ ਹੈ ਤੇ ਵੋਟ ਜ਼ਰੂਰ ਪਾਉਣਾ ਹੈ। ਉਸੇ ਉਪਲਕਸ਼ ਚ ਜਿੰਨੀਆਂ ਵੀ ਤਿਆਰੀਆਂ ਅਸੀਂ ਕਰਨੀਆਂ ਹਨ, ਵੋਟਰ ਰਜਿਸਟ੍ਰੇਸ਼ਨ ਤੋਂ ਲਈਏ, ਪੋਲਿੰਗ ਸਟੇਸ਼ਨ ਹੈਗੀ ਤਿਆਰ ਕਰਨੇ ਤੋਂ ਲਈਏ, ਪੋਲਿੰਗ ਸਟੇਸ਼ਨ ਹੈਗੀ ਸੁਵਿਧਾਜਨਕ ਬਣਾਉਣ ਵਾਸਤੇ ਔਰ ਇਨਸ਼ੋਰ ਕਰਨ ਵਾਸਤੇ ਕਿ ਹਰ ਵਿਅਕਤੀ ਦੇ ਮਨ ਵਿੱਚ ਇਹ ਗੱਲ ਬੈਠੀ ਆਏ ਕਿ ਉਹ ਤਿਉਹਾਰ ਹੈ ਜਿਸ ਮਨਾਉਣੇ ਕਰਨੇ, ਉਹ ਦੇਸ਼ 'ਚ ਕੰਟਰੀਬਿਊਟ ਕਰਨੇ ਆ, ਅਸੀਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਅੱਜ ਸਾਡੇ ਕੋਲ 2,35,000 ਦੇ ਕਰੀਬ ਵੋਟਰ ਨੇ, ਜਿਹਦੇ 'ਚ 1,23,000 ਦੇ ਕਰੀਬ ਮਰਦ ਨੇ ਅਤੇ 1,00,000 ਅਤੇ ਕੋਈ 12,000 ਦੇ ਕਰੀਬ ਜਨਾਨੀਆਂ ਨੇ ਜਿਹੜੀਆਂ ਵੋਟਰ ਨੇ। 3 ਸਾਡੇ ਕੋਲ ਥਰਡ ਜੈਂਡਰ ਵੋਟਰ ਵੀ ਹਨ। 425 ਪੋਲਿੰਗ ਸਟੇਸ਼ਨ 'ਚ ਹਰ ਤਰੀਕੇ ਦੀ AMF ਦੀ ਫੈਸਿਲਿਟੀ ਕ੍ਰੀਏਟ ਕਰੀ ਲਈ ਗਈ ਹੈ, ਜਿਹਦੇ 'ਚ ਬਿਜਲੀ, ਪਾਣੀ ਅਤੇ ਰੈਂਪ ਉਹ ਸਾਰਾ ਹੈਗਾ। ਅਸੀਂ ਇਹ ਵੀ ਇਨਸ਼ੋਰ ਕਰਨ ਵਾਸਤੇ ਆਖੇ ਦਾ ਔਰ ਸਾਡੇ ਲੋਕ, ਸਾਡੀ ਟੀਮ ਕੰਮ ਕਰਾ ਦੀ ਕਿ ਹਰ ਪੋਲਿੰਗ ਸਟੇਸ਼ਨ ਉੱਪਰ ਜਲੇ ਵੋਟਰ ਪੁੱਜੇ ਤਾਂ ਉਸ ਇਹ ਲੱਗੇ ਕਿ ਮੇਰਾ ਸਵਾਗਤ ਕੀਤਾ ਗਿਆ। ਮੀ ਅਗਰ ਮੈਂ ਵੋਟਰ ਬਣੀਏ ਜਾਣਾ ਕੁਦੇ ਤਾਂ ਮੀ ਇਹ ਖੁਸ਼ੀ ਦੀ ਅਨੁਭੂਤੀ ਹੋਏ ਕਿ ਮੈਂ ਇੱਥੇ ਆਇਆ, ਇੱਥੇ ਘੱਟ ਤੋਂ ਘੱਟ ਹੋਰ ਕੁਛ ਨਹੀਂ ਤਾਂ ਮੇਰੇ ਵਾਸਤੇ ਇਹਦੇ ਲਿਖਦਾ ਨਾ ਸੁਸਵਾਗਤ ਹੈ ਤੁਹਾਡਾ। ਅਤੇ ਉਹ ਸਾਰੀ ਕੋਸ਼ਿਸ਼ਾਂ ਹਨ, ਪੁਲਿਸ ਕੰਨੇ ਮਿਲੀ ਹੈ ਜਿਹੜੀ ਸਿਕਿਉਰਿਟੀ ਦੇ ਅਰੇਂਜਮੈਂਟਸ ਨੇ, ਪੈਰਾਮਿਲਟਰੀ ਫੋਰਸਿਸ ਦੇ ਜਿਹੜੇ ਅਰੇਂਜਮੈਂਟਸ ਨੇ ਉਹ ਸਾਰੇ ਕੀਤੇ ਗਏ ਦੇ। ਵੀ ਹੈਵ ਐਡੀਕੁਏਟ ਨੰਬਰ ਆਫ ਪੀਪਲ, ਪੋਲਿੰਗ ਪਾਰਟੀਜ਼ ਦੀ ਟ੍ਰੇਨਿੰਗ ਬਾਰ ਬਾਰ ਕਰਾਈ ਗਈ ਹੈ, ਉਹਨੇ ਵੀ ਆਖਿਆ ਗਿਆ ਕਿ ਸਵਾਲ ਪੁੱਛੋ ਅਗਰ ਕੋਈ ਕਮੀ ਪੇਸ਼ੀ ਹੈ। ਕੁਛ AROs ਨੇ ਟੈਸਟ ਵੀ ਲਏ ਨੇ ਤਾਂ ਕਿ ਕੋਈ ਗਲਤੀ ਦੀ ਗੁੰਜਾਇਸ਼ ਨਾ ਰਹੇ। ਸੈਕਟਰ ਮੈਜਿਸਟਰੇਟ, ਜ਼ੋਨਲ ਮੈਜਿਸਟਰੇਟ ਸਾਰੇ ਹੀ ਟ੍ਰੇਨਿੰਗਾਂ ਕਰਾਈ ਗਈਆਂ। ਬੈਕਅਪ ਰਿਜ਼ਰਵ ਜਿਹਨੇ ਵੀ ਆਖਦੇ ਉਹਨੇ ਵੀ ਤਿਆਰੀਆਂ ਕਰਾਈ ਗਈਆਂ। ਮਾਈਕਰੋ ਅਬਜ਼ਰਵਰਸ ਜਿੱਥੇ ਜਿੱਥੇ ਲੋੜ ਹੈ ਉੱਥੇ ਉਹਨੇ ਵੀ ਲਾਈ ਦੇ ਅੱਗੇ ਦਾ ਆਰਡਰ ਉਹ ਆ ਦੇ, ਟ੍ਰੇਨਿੰਗਾਂ ਚਲਾ ਦੀਆਂ। ਅੱਜ 3 ਥਾਂ ਉੱਪਰ ਕਟਰਾ, ਰਿਆਸੀ ਅਤੇ ਮੋਰ ਵੋਟਰ ਫੈਸਿਲੀਟੇਸ਼ਨ ਸੈਂਟਰ ਬਣਾਏ ਦੇ ਜਿਹੜੇ ਅਸੈਂਸ਼ਲ ਸਰਵਿਸਿਸ ਦੇ ਐਬਸੈਂਟੀ ਵੋਟਰ ਹੋਣ। ਅਸੈਂਸ਼ਲ ਸਰਵਿਸਿਸ ਆ ਹੋਈਆਂ ਜਿੰਨਾ ਫਾਇਰ ਸਰਵਿਸਿਸ ਹੋਈ ਗਈਆਂ, ਮੈਡੀਕਲ ਹੋਈ ਗਿਆ, PHE ਹੋਈ ਗਿਆ, ਉਹਨਾਂ 'ਚ ਜਿੰਨੇ ਵੀ ਅਪਲਾਈ ਕੀਤੇ ਦਾ। ਮੈਂ ਤੁਹਾਨੂੰ ਇਹ ਵੀ ਦੱਸਣਾ ਕਿ ਜਿਹੜੇ ਲੋਕਾਂ ਦੀ ਇਲੈਕਸ਼ਨ ਡਿਊਟੀ ਹੈ, ਅਸੀਂ ਉਹਨਾਂ ਕੀ ਇਹ ਵੀ ਆਖਿਆ ਸੀ ਕਿ ਤੁਸੀਂ ਫਾਰਮ ਭਰੀਏ, ADC ਲੈ ਲਓ, ਜਿੰਨਾ ਮੈਂ ADC ਅਪਲਾਈ ਕੀਤੀ ਵੀ ਹੈ ਕਿਉਂਕਿ ਮੈਂ ਆਪਣੇ ਘਰ ਤਾਂ ਜਾ ਹੀ ਨਹੀਂ ਸਕਦਾ, ਆਪਣੇ ਪੋਲਿੰਗ ਬੂਥ ਉੱਪਰ ਤਾਂ ਵੋਟ ਪਾਈ ਨਹੀਂ ਸਕਦਾ, ਅਤੇ ਮੈਂ ADC ਅਪਲਾਈ ਕੀਤਾ ਤਾਂ ਮੈਂ ਇੱਥੇ ਕੇ ਵੋਟ ਕਰਨਾ। ਉਂਝ ਅਸੀਂ ਬਾਕੀ ਵੀ ਸਾਰੇ ਮੁਲਾਜ਼ਮ ਹੈਗੇ ਜਿਹਦੇ ਵੋਟ ਇੱਥੇ ਨੇ, ਉਹਨੇ ਵੀ ਆਖਿਆ ਕਿ ਤੁਸੀਂ ADC ਅਪਲਾਈ ਕੀਤਾ, ਉਹਦੇ 'ਚ ਬੜੇ ਲੋਕ ਕਰ ਲਏ ਤੇ ਉਹਦੇ ਵੀ ADC ਇਸ਼ੂ ਹੋਈਆਂ ਨੇ, ਤਾਂ ਜਿਹੜੇ ਪੋਲਿੰਗ ਸਟੇਸ਼ਨ ਉੱਪਰ ਉਹਦੀ ਡਿਊਟੀ ਆ ਉੱਥੇ ਜਾਈਏ ਵੋਟ ਕਰੀ ਸਕਣਗੇ। ਅਤੇ ਤਿਆਰੀਆਂ ਜਿਹੜੀਆਂ ਨੇ ਪੂਰੀਆਂ ਨੇ, ਮੈਂ ਬੜੀ ਉਮੀਦ ਕਨੇ ਜਿੰਨਾ ਵੀ ਕੰਮ ਹੈ ਆਪਣੇ ਸਾਥੀਆਂ ਦਾ ਸ਼ੁਕਰਗੁਜ਼ਾਰ ਹਾਂ ਜਿਹਨੇ ਦਿਨ ਰਾਤ ਲਾਈਏ ਮਿਹਨਤ ਕਰਾ ਦੇਣ, ਅਤੇ ਮੇਰੀ ਇਹ ਉਮੀਦ ਹੈ ਕਿ ਹਾਈਐਸਟ ਨੰਬਰ ਆਫ ਜਿਹੜੇ ਵੋਟਰਸ ਨੇ ਇਸ ਵਾਰੀ ਟਰਨ ਆਊਟ ਕਰਨਗੇ ਔਰ ਰਿਆਸੀ ਇੱਕ ਰਿਕਾਰਡ ਜ਼ਰੂਰ ਬਣਾਏਗਾ। ਸਰ, ਚੁਣਾਵੀ ਮੌਸਮ ਹੈ ਔਰ ਬੇਸਿਕਲੀ ਚੁਣਾਵਾਂ ਦਾ ਉਤਸਵ ਹੈ ਸਰ, ਸੈਲੀਬ੍ਰੇਸ਼ਨ ਹੈ,
ਖੁਸ਼ਨਵਾ ਮਾਹੌਲ ਰਵੇ, ਉਤਸਵਾਂ ਦਾ ਮਾਹੌਲ ਰਵੇ, ਠੀਕ ਹੈ। ਤੇ ਅਸ ਗਾਣੇ ਬਜਾਣੇ ਦੀ ਗੱਲ ਕਰਾ ਕਰਨੇ ਆ ਸਰ, ਇਹ ਵੀ ਦੇਖਣੇ ਕਿ ਲੱਭਾ ਕਰਦਾ ਹੈ ਕਿ ਤਿਆਰੀਆਂ ਕੀਤੀਆਂ ਜਾ ਕਰਦੀਆਂ ਹਨ ਕਿ ਜਿਹੜੇ ਪੋਲਿੰਗ ਬੂਥ ਐਂਡ ਪੋਲਿੰਗ ਸਟੇਸ਼ਨ ਉੱਥੇ ਫੈਸਟੀਵਲ ਦਿੱਤੀ ਜਾ, ਇੱਕ ਜੇਕਰ ਤਿਉਹਾਰਾਂ ਦਾ ਜੇਕਰ ਮੌਸਮ ਹੁੰਦਾ ਜਿਵੇਂ ਖੁਸ਼ੀ ਉਤਸਾਹ ਉਹ ਚੀਜ਼ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਕਰਦੀ ਹੈ। ਸਰ ਇਹਦੇ ਬਾਰੇ ਕੀ ਤਿਆਰੀ ਕੀਤੀ ਜਾ ਕਰਦੀ, ਔਰ ਜਿਹੜੇ ਵੋਟਰ ਉੱਥੇ ਪੁੱਜਾ ਦਿਨ, ਮਤਲਬ ਸਿਰਫ ਵੋਟ ਛੁੱਟੀਆਂ ਦਾ ਦਿਨ ਨਹੀਂ ਜਾਂ ਸਿਰਫ ਵੋਟ ਪਾਈਏ, ਨਹੀਂ ਉਹਨੇ ਕਿ ਇਸ ਪੂਰੀ ਸੈਲੀਬ੍ਰੇਸ਼ਨ ਦਾ ਹਿੱਸਾ ਬਣਾਇਆ ਜਾ ਕਰਦਾ ਹੈ, ਉਹਦੇ ਵਾਸਤੇ ਕੀ ਕੰਮ ਕੀਤਾ ਜਾਵੇ? ਦੇਖੋ ਮੈਂ ਜਿੰਨਾ ਤੁਹਾਨੂੰ ਦੱਸਿਆ ਕਿ 425 ਤੇ 425 ਪੋਲਿੰਗ ਸਟੇਸ਼ਨ ਉਸਤੇ ਅਸੀਂ ਆਖਿਆ ਕਿ ਕੁਛ ਨਾ ਕੁਛ ਐਸਾ ਵੋਟਰ ਕੀ ਜ਼ਰੂਰ ਲੱਗਣਾ ਚਾਹੀਦਾ ਕਿ ਉਹਦਾ ਸਵਾਗਤ ਹੋਇਆ ਦਾ। ਉਹਦੇ ਇਲਾਵਾ ਕੁਛ ਪੋਲਿੰਗ ਸਟੇਸ਼ਨ ਚਿੰਨਿਤ ਕੀਤੇ ਗਏ ਨੇ ਜਿਹਨੇ ਕਿ ਸ਼ੈਲ ਤਰੀਕੇ ਸਜਾਇਆ ਜਾਏਗਾ ਕਿ ਤੁਹਾਨੂੰ ਤੁਸੀਂ ਪੁੱਜੋ ਤੇ ਤੁਹਾਨੂੰ ਲੱਗੇ ਯਾਰ ਇਹ ਕੋਈ ਅੱਛਾ ਇਹ ਉਹ ਬਿਲਡਿੰਗ ਹੈ ਜਿੱਥੇ ਅਸੀਂ ਪੁਰਾਣੀ ਦੇਖਦੇ ਹਾਂ, ਤੇ ਉੱਥੇ ਜਾਈਏ ਵੋਟਰ ਕੀ ਬੜੀ ਖੁਸ਼ੀ ਦਾ ਅਹਿਸਾਸ ਹੋਏ। ਉਹਦੇ ਇਲਾਵਾ ਕੁਛ ਸੈਲਫੀ ਪੁਆਇੰਟਸ, ਕੁਛ ਐਸੀ ਚੀਜ਼ਾਂ ਸੋਚਾਂ ਨੇ ਜਿੱਥੇ ਵੋਟਰ ਆਏ ਤੇ ਵੋਟ ਪਾਈਏ ਬਾਹਰ ਨਿਕਲੇ ਤੇ ਉਹ ਸੋਚੇ ਕਿ ਹਾਂਜੀ ਮੈਂ ਬੜਾ ਵੱਡਾ ਕੰਮ ਕੀਤਾ ਤੇ ਚਲੋ ਮੈਂ ਦਿਖਣਾ, ਕੋਈ ਐਸੀ ਚੀਜ਼ ਤੇ ਨਹੀਂ ਜਿਹਦੇ ਉੱਪਰ ਅਸ ਉਹਦਾ ਕੋਈ ਕਮੈਂਟ ਲੈ ਸਕਦੇ ਆਊਟਸਾਈਡ ਦ ਲਿਮਿਟਸ ਐਜ਼ ਡਿਸਾਈਡਡ ਬਾਈ ਦ ਇਲੈਕਸ਼ਨ ਕਮਿਸ਼ਨ। ਉਹਦੇ ਇਲਾਵਾ ਕੁਛ ਹੋਰ ਚੀਜ਼ਾਂ ਸੋਚਾਂ ਨੇ ਜਿੰਨਾਂ ਸਾਡੇ ਆਪਣੇ ਕਲਚਰ ਕੀ ਕਿੰਨਾ ਉਸ ਕਲਚਰ ਕੀ ਯੂਜ਼ ਕੀਤਾ ਜਾ ਸਕਦਾ ਵੋਟਰਸ ਕੀ ਪ੍ਰੇਰਿਤ ਕਰਨ ਵਾਸਤੇ ਤੇ ਵੋਟਰਸ ਦਾ ਸਵਾਗਤ ਕਰਨ ਵਾਸਤੇ, ਉਹ ਸਾਰੀ ਚੀਜ਼ਾਂ ਉੱਪਰ ਕਾਰੇ ਹੋਇਆ ਦਾ। ਮੈਂ ਸਾਰੀ ਚੀਜ਼ਾਂ ਤਾਂ ਨਹੀਂ ਸੁਣਾਗਾ, ਮੈਂ ਚਾਹੁੰਦਾ ਕਿ ਕੁਛ ਚੀਜ਼ਾਂ ਉਸ ਦਿਨ ਵਾਸਤੇ ਰੱਖ ਕੇ ਜਦੋਂ ਤੁਸੀਂ 26 ਜਨਵਰੀ ਆਓ ਦੇਖੋ, ਤੇ ਤੁਸੀਂ ਵੀ ਸੋਰੀ 26 ਅਪ੍ਰੈਲ ਕੀ ਆਓ ਤੇ ਤੁਸੀਂ ਦੇਖੋ, ਤੁਸੀਂ ਵੀ ਪ੍ਰਸੰਨਚਿਤ ਹੋ ਤੇ ਸਾਨੂੰ ਵੀ ਇੱਕ ਅਹਿਸਾਸ ਹੋਏ ਕਿ ਅਸੀਂ ਵੀ ਕੁਛ ਅੱਛਾ ਕੀਤਾ ਹੈ। ਉਮੀਦ ਹੈ ਕਿ ਵੋਟਰ ਖੁਸ਼ ਹੋਏਗਾ ਔਰ ਵੋਟ ਪਾਈਏ, ਕੰਸਿਡਰ ਕਰੇਗਾ ਆਪਣੇ ਆਪ ਕੀ ਉਹਨੇ ਇੱਕ ਤਸੱਲੀ ਬਖਸ਼ ਕੰਮ ਕੀਤਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਉਹਦੇ ਵਾਸਤੇ ਤਿਆਰੀ ਕੀਤੀ ਦੀ ਕਿ ਉਹ ਆਪਣੇ ਬਿਨਾਂ ਕਿਸੇ ਕਸ਼ਟ ਦੇ ਵੋਟ ਪਾਈ ਸਕੇ। ਸਰ ਰਿਆਸੀ ਜ਼ਿਲ੍ਹੇ ਦਾ ਜਿਹੜਾ ਉਹ ਇਤਿਹਾਸ ਰਿਹਾ ਕਿ ਇੱਥੇ ਵੋਟਰ ਜਿਹੜੀ ਪਾਰਟੀਸਪੇਸ਼ਨ ਉਹ ਬੜੀ ਜ਼ਿਆਦਾ ਹੁੰਦੀ ਹੈ, ਅਗਰ ਵੋਟਰ ਟਰਨ ਆਊਟ ਦੀ ਗੱਲ ਕਰਚੇ ਤਾਂ ਇੱਕ ਹਾਈਐਸਟ ਜਿਹੜੇ ਲੈਂਡਮਾਰਕ ਨੂੰ ਰਿਆਸੀ ਜ਼ਿਲ੍ਹੇ ਨੇ ਸੈੱਟ ਕੀਤੇ ਦਿਨ। ਫੇਜ਼ 1 ਦੀ ਇਲੈਕਸ਼ਨ ਹੋਈ ਗਈ ਹੈ, ਸਹੀ ਕਿ ਇੱਕ ਟ੍ਰੈਂਡ ਲੱਭੀ ਇਹਦਾ ਕਿ ਵੋਟਿੰਗ ਜੇ ਕੀ ਪਾਰਟੀਸਪੇਸ਼ਨ ਉਹ ਕੀ ਹੈ, ਬਟ ਰਿਆਸੀ ਦਾ ਇਤਿਹਾਸ ਰਿਹਾ ਕਿ ਅਸ ਰਿਕਾਰਡ ਬਣਾਉਂਦੇ ਹਾਂ, ਨੰਬਰ ਬਣਾਉਂਦੇ ਹਾਂ। ਕੋਈ ਨੰਬਰ ਤੁਸੀਂ ਵੀ ਟਾਰਗੇਟ ਰੱਖਿਆ ਦਾ ਸੋਚੇ ਦਾ ਕਿ ਕੋਈ ਕੀ ਸੈੱਟ ਕਰਨਾ ਇਸ ਵਾਰੀ? ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਅਸ ਜਿਹੜੇ ਡਿਸਟ੍ਰਿਕਟ 'ਚ ਹੈ ਦੁਨੀਆਂ ਦਾ ਸਭ ਤੋਂ ਉੱਚਾ ਰੇਲਵੇ ਸਟੇਸ਼ਨ ਸਾਡੇ ਕੋਲ, ਰੇਲਵੇ ਜਿਹੜਾ ਬ੍ਰਿਜ ਹੈ ਉਹ ਸਾਡੇ ਕੋਲ ਹੈ, ਅਤੇ ਮੇਰਾ ਟਾਰਗੇਟ ਵੀ ਉਹ ਹੈ ਕਿ ਸਭ ਤੋਂ ਬਿਹਤਰੀਨ ਪੋਲਿੰਗ ਅਸ ਦੇਸ਼ 'ਚ ਕਰੀਏ, ਡਿਸਟ੍ਰਿਕਟ ਆਪਣੇ ਆਪ ਕੀ ਲਾਜਵਾਬ ਪ੍ਰਸਤੁਤ ਕਰੇ। ਲੇਕਿਨ ਨੰਬਰ ਦਾ ਟਾਰਗੇਟ ਤਾਂ ਨਹੀਂ ਆਗਾ, ਲੇਕਿਨ ਕੋਸ਼ਿਸ਼ ਹੈ ਕਿ ਪਿਛਲੀ ਜਿਤਨੀਆਂ ਵੀ ਇਲੈਕਸ਼ਨਾਂ ਹੋਈ ਦੀਆਂ ਉਹਨਾਂ ਤੋਂ ਬਿਹਤਰ ਪੋਲਿੰਗ ਕਰਚੇ, ਚਾਹੇ ਉਹ 2014 ਅਸੈਂਬਲੀ ਦੀ ਹੈ ਜਾਂ 2019 ਪਾਰਲੀਮੈਂਟ ਦੀ ਹੈ। ਤੇ ਕੋਸ਼ਿਸ਼ ਇਹ ਹੈ ਕਿ ਤੁਹਾਡੇ ਲੋਕਾਂ ਦੀ ਮਦਦ ਕਰਨੇ, ਜਿਵੇਂ ਮੈਂ ਬਾਰ ਬਾਰ ਸਾਰੇ ਹੀ ਆਖਣਾ 26 ਅਪ੍ਰੈਲ ਪੋਲਿੰਗ ਬੂਥ ਜ਼ਰੂਰ ਜਾਣਾ ਹੈ, ਅਤੇ ਉਮੀਦ ਕਰਾਂਗਾ ਕਿ ਸਾਰੇ ਨਿਕਲਣਗੇ, ਬੁੱਢੇ ਜਵਾਨ ਨੌਜਵਾਨ ਮਿਡਲ ਏਜ ਲੇਡੀਜ਼ ਸਾਰੀਆਂ ਘਰੋਂ ਬਾਹਰ ਨਿਕਲਣਗੀਆਂ, ਪੋਲ ਜ਼ਰੂਰ ਕਰਨਗੀਆਂ। ਮੈਂ ਮਾਤਰ ਸ਼ਕਤੀ ਕੀ ਵੀ ਆਖਿਆ ਕਿ ਕਿਉਂਕਿ ਚੇਂਜ ਉਹ ਕਰਦੀਆਂ ਹਨ ਅਤੇ ਉਹ ਵੀ ਅੱਗੇ ਲੀਡ ਕਰਨ ਔਰ ਸਾਰੇ ਮੇਰਾ ਸਾਥ ਦਿਆ ਦੇਣ। ਮੈਂ ਪੂਰੀ ਉਮੀਦ ਹੈ ਕਿ ਅਸ ਅੱਛੀ ਪਰਸੈਂਟੇਜ ਅਮੰਗਸ ਦੀ ਹਾਈਐਸਟ ਇਨ ਦੀ ਯੂਟੀ ਅਤੇ ਕੰਟਰੀ 'ਚ ਪ੍ਰੋਬੇਬਲੀ ਲਈਏ ਕਿ ਅੱਗੇ ਆ ਕੇ। ਇਹ ਰਿਆਸੀ ਦੇ ਜ਼ਿਲ੍ਹਾ ਚੋਣ ਅਧਿਕਾਰੀ ਵਿਸ਼ੇਸ਼ ਮਹਾਜਨ ਔਰ ਜਿਹਨੇ 26 ਅਪ੍ਰੈਲ ਲਈ ਸਾਰੀਆਂ ਤਿਆਰੀਆਂ ਕਰੀ ਲੈਤੀਆਂ ਗਈਆਂ ਨੇ, ਹੁਣ ਇੰਤਜ਼ਾਰ ਕਰਾ ਦੇਣ ਆਪਣੇ ਮਤਦਾਤਾ ਦਾ ਕਿ ਉਹ ਪੋਲਿੰਗ ਸਟੇਸ਼ਨ ਤੋੜੀ ਪੁੱਜਣ ਤੇ ਆਪਣੇ ਮਤ ਦਾ ਪ੍ਰਯੋਗ ਕਰਨ। ਦਵਿੰਦਰ ਠਾਕੁਰ, ਆਕਾਸ਼ਵਾਣੀ ਸਮਾਚਾਰ, ਰਿਆਸੀ।